ਰਾਜਾ ਵੜਿੰਗ ਨੂੰ ਇਹ ਪੁੱਛਣਾ ਚਾਹੁੰਦੀ ਹਾਂ, ਨਾਰੀ ਸ਼ਕਤੀ ਦਾ ਜਿਹੜਾ ਇੰਨਾ ਸਮਰਥਨ ਕਰਦੇ ਆ, ਨਾਰੀ ਸ਼ਕਤੀ ਨੂੰ ਰੇਜ਼ ਕਰਨ ਦੀਆਂ ਗੱਲਾਂ ਕਰਦੇ ਨੇ, ਨਾਰੀ ਸ਼ਕਤੀ ਜਿਹੜੇ ਮੈਨੂੰ ਇਨਸਾਫ ਮਿਲਣਾ ਸੀ ਉਹਦੀ ਕੀ ਉਮੀਦ ਹੈ ਮੈਨੂੰ, ਮੈਂ ਕਰ ਸਕਦੀ ਹਾਂ? ਤਾਂ ਇਹ ਨਾਰੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ, ਥੋੜ੍ਹੀ ਜਿਹੀਆਂ ਵੋਟਾਂ ਦੇ ਕਾਰਨ ਇਹ ਇੰਨਾ ਗਲਤ ਘਿਨਾਉਣਾ ਕੰਮ ਕੀਤਾ ਇਹਨਾਂ ਨੇ, ਵੋਟਾਂ ਦੀ ਰਾਜਨੀਤੀ ਕੀਤੀ ਹੈ ਰਾਜਾ ਵੜਿੰਗ ਨੇ ਸਿਮਰਜੀਤ ਬੈਂਸ ਨੂੰ ਨਾਲ ਲੈ ਕੇ। ਸਿਮਰਜੀਤ ਬੈਂਸ ਇੱਕ ਅਕਿਊਜ਼ ਆ, ਜਿਹੜੇ ਅਕਿਊਜ਼ ਆ ਕੋਰਟਾਂ ਦੇ ਵਿੱਚ ਅਕਿਊਜ਼ ਆ, ਔਰ ਇਹਦੇ ਖਿਲਾਫ਼ ਮੈਂ ਇੰਨੀਆਂ ਕੰਪਲੇਂਟਸ ਦਿੱਤੀਆਂ ਜਿਹੜੀਆਂ ਪੁਲਿਸ ਨੇ ਮਿੱਟੀ ਪਾਤੀ ਉਹਨਾਂ ਦੇ ਉੱਤੇ ਕਿ ਫਟਾਫਟ ਇਹ ਜੁਆਇਨਿੰਗ ਕਰ ਲੈਣ ਕਾਂਗਰਸ ਦੇ ਵਿੱਚ। ਇੱਦਾਂ ਜਿਹੜੀਆਂ ਕੰਪਲੇਂਟਸ ਇਹਨਾਂ ਨੇ ਇਹਨਾਂ ਦੇ ਖਿਲਾਫ਼ ਮੈਂ ਦਿੱਤੀਆਂ ਹੋਈਆਂ ਸੀ, ਪੁਲਿਸ ਨੇ ਡਿਸਪੋਜ਼ ਆਫ ਕੀਤੀਆਂ, ਜਿਹੜੀਆਂ ਡਿਸਪੋਜ਼ ਆਫ ਕੀਤੀਆਂ ਉਹਨਾਂ ਦੀ RTA ਅਸੀਂ ਕੋਰਟ 'ਚ ਲੈ ਕੇ ਜਾਵਾਂਗੇ। ਕੋਰਟ 'ਚ ਜੱਜਾਂ ਨੂੰ ਵੀ ਪੁੱਛਾਂਗੇ ਕਿ ਇਹਨੂੰ ਟਾਈਮ ਕਿਉਂ ਦੇ ਰਹੇ ਨੇ, 3-3 ਮਹੀਨੇ ਟਾਈਮ ਟਪਾ ਰਹੇ ਆ, ਜਿਹੜੀ ਕਿ ਐਪਲੀਕੇਸ਼ਨ 2 ਵਾਰੀ ਡਿਸਮਿਸ ਹੋ ਚੁੱਕੀ ਹੈ, ਉਹੀ ਐਪਲੀਕੇਸ਼ਨ ਦੁਬਾਰਾ ਲਗਾਈਆਂ ਨੇ ਸਿਮਰਜੀਤ ਬੈਂਸ ਨੇ, ਅਤੇ ਉਹ ਐਪਲੀਕੇਸ਼ਨ ਡਿਸਮਿਸ ਕਰਨ ਦੇ ਲਈ ਹੀ 8 ਮਹੀਨੇ ਲੈ ਲਏ ਆ ਕੋਰਟ ਨੇ, ਹੁਣ ਅੱਗੋਂ ਹੋਰ ਜੁਲਾਈ ਦੀ ਡੇਟ ਪਾਤੀ ਹੈ। ਇੱਕ ਤਹਿਸੀਲਦਾਰ ਬੈਨੀਪਾਲ ਹੈ ਜਿਹੜਾ, ਉਹਨੂੰ ਇਨਸਾਫ ਨਹੀਂ ਮਿਲਿਆ ਅਤੇ ਮੈਨੂੰ ਇਨਸਾਫ ਕਿੱਥੋਂ ਮਿਲਣਾ ਸੀ? ਹਰੀਸ਼ ਰਾਏ ਢਾਂਡਾ ਜੀ ਮੇਰੇ ਨਾਲ ਨਾ ਖੜਦੇ, ਬਲਵਿੰਦਰ ਸਿੰਘ ਸੇਖੋਂ ਨਾ ਖੜਦੇ, ਹਰੀਸ਼ ਰਾਏ ਢਾਂਡਾ ਜੀ ਨਾ ਮੇਰਾ ਕੇਸ ਲੜਦੇ, ਤਾਂ ਮੈਨੂੰ ਇਨਸਾਫ ਕਿੱਥੋਂ ਮਿਲਣਾ ਸੀ? ਕਿਹੜੀ ਨਾਰੀ ਸ਼ਕਤੀ ਹੈਗੀ ਹੈ ਇੱਥੇ? ਕੋਈ ਨਾਰੀ ਸ਼ਕਤੀ ਨਹੀਂ। ਤੁਸੀਂ ਇਹ ਦੇਖੋ ਕਿ ਦੋਨੋਂ ਭਰਾਵਾਂ ਨੇ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਤੋਂ ਇਲਾਵਾ ਕੁਛ ਨਹੀਂ ਕੀਤਾ। ਕੀ ਕੀਤਾ ਇਹਨਾਂ ਨੇ? ਕੋਈ ਵੀ ਕਿਸੇ ਵੀ ਏਰੀਏ 'ਚ ਜਾ ਕੇ ਦੇਖੋ, ਕਿਸੇ ਦਾ ਭਲਾਈ ਦਾ ਕੰਮ ਕੀਤਾ ਹੋਵੇ ਕੋਈ ਏਰੀਏ ਦੇ ਵਿੱਚ, ਤੁਸੀਂ ਆਤਮਨਗਰ ਏਰੀਏ 'ਚ ਜਾ ਕੇ ਚਲ ਜਾਓ ਜਾਂ ਗਿਆਸਪੁਰ ਏਰੀਏ 'ਚ ਚਲ ਜਾਓ, ਇੱਕ ਹਿੱਟ ਨਹੀਂ ਲਾਈ ਇਹਨਾਂ ਨੇ, ਆਪਣੀਆਂ ਫੈਕਟਰੀਆਂ ਬਣਾ ਲਈਆਂ, ਕੋਠੀਆਂ ਬਣਾ ਲਈਆਂ, ਗੁੰਡਾਗਰਦੀ ਕਰ ਲਈ, ਕਦੇ ਕੋਈ ਪੋਲੀਟੀਕਲ ਲੀਡਰ ਕੁੱਟਤਾ, ਕਦੇ ਕੋਈ ਪੋਲੀਟੀਕਲ ਲੀਡਰ ਕੁੱਟਤਾ, ਪੁਲਿਸ ਮਸ਼ੀਨਰੀ ਦਾ ਇਹਨੇ ਮਿਸਯੂਜ਼ ਕਰਕੇ ਸਾਡੇ 'ਤੇ ਪਰਚੇ ਕਰਾਏ, ਔਰ ਇਹਦੇ ਭਰਾ ਦੀ ਰਿਕਾਰਡਿੰਗ ਵੀ ਆ, ਗੁਰਦੀਪ ਕੌਰ ਅਤੇ ਉਹਦੇ ਬੱਚਿਆਂ 'ਤੇ ਪਰਚੇ ਅਸੀਂ ਕਰਾਏ ਨੇ, ਫਿਰ ਵੀ ਪੁਲਿਸ ਨੇ ਕੁਛ ਨਹੀਂ ਕੀਤਾ, ਉਹ ਵੀ ਕੰਪਲੇਂਟ ਮੇਰੀ ਡਿਸਪੋਜ਼ ਆਫ ਕਰਤੀ। ਮਿੱਟੀ ਪਾ ਕੇ ਫਟਾਫਟ ਇਹਨਾਂ ਨੂੰ ਕਾਂਗਰਸ ਦੀ ਜੁਆਇਨਿੰਗ ਕਰਾਉਣ ਲੱਗੇ ਪਏ ਨੇ। ਰਾਜਾ ਵੜਿੰਗ ਨੂੰ ਪਹਿਲਾਂ ਐਗਜ਼ਾਮਿਨ ਕਰਨਾ ਚਾਹੀਦਾ ਸੀ, ਸਾਰਾ ਕੁਛ ਅਪਡੇਸ਼ਨ ਲੈਣੀ ਚਾਹੀਦੀ ਸੀ ਇਹਦੇ ਬਾਰੇ, ਫਿਰ ਇਹਨਾਂ ਨੂੰ ਜੁਆਇਨਿੰਗ ਕਰਾਉਣੀ ਚਾਹੀਦੀ ਸੀ। ਅੱਜ ਮੈਨੂੰ ਪਤਾ ਚੱਲਿਆ ਇੱਥੇ ਰਾਜਾ ਵੜਿੰਗ ਆਇਆ ਹੋਇਆ, ਰਾਜਾ ਵੜਿੰਗ ਨੂੰ ਮੈਂ ਪੁੱਛਦੀ ਹਾਂ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੇ ਨੇ, ਨਾਰੀ ਸ਼ਕਤੀ ਨੂੰ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਮੈਨੂੰ ਜਿਹੜਾ ਇਨਸਾਫ ਮਿਲਣਾ ਸੀ ਉਹਦੇ ਵਿੱਚ ਇੰਨੀ ਦੇਰੀ ਹੋ ਰਹੀ ਆ, ਅਤੇ ਰਾਜਾ ਵੜਿੰਗ ਕੀ ਨਾਰੀ ਸ਼ਕਤੀ ਨੂੰ ਕਰੂਗਾ, ਇਹ ਕੀ ਰੇਜ਼ ਕਰਨਗੇ ਇਹ ਨਾਰੀ ਸ਼ਕਤੀ ਨੂੰ? ਸਜ਼ਾ ਸੁਣਾਈ ਜਾਊਗੀ ਸਰ, ਟ੍ਰਾਇਲ ਸ਼ੁਰੂ ਹੋਣ ਹੀ ਨਹੀਂ ਦੇ ਰਿਹਾ ਪੈਸੇ ਦੇ ਦਮ 'ਤੇ, ਜਿਹੜਾ ਪੈਸਾ ਇਹਨੇ ਲੋਕਾਂ ਤੋਂ ਲੁੱਟਿਆ ਉਹ ਕੋਰਟਾਂ ਦੇ ਵਿੱਚ ਯੂਜ਼ ਕਰ ਰਿਹਾ ਆ, ਟ੍ਰਾਇਲ ਇਹਦਾ ਫੇਸ ਹੋਣ, ਟ੍ਰਾਇਲ ਫੇਸ ਨਹੀਂ ਕਰਦਾ ਪਿਆ। ਜੇ ਇੰਨਾ ਸੱਚਾ ਟ੍ਰਾਇਲ ਫੇਸ ਕਰ ਲਵੇ, 3-2 ਕਰੋੜਾਂ ਰੁਪਈਆ ਦੇ ਕੇ ਬੇਲ ਲੈ ਕੇ ਆਇਆ, ਫਿਰ ਪੈਸੇ ਦੇ ਕੇ ਕੋਰਟ ਦੀ ਡੇਟ ਟਪਾ ਰਿਹਾ ਆ, ਡੇਟ ਟਪਾ ਕੇ ਕਾਂਗਰਸ ਦੇ ਵਿੱਚ ਜੰਪ ਕਰ ਗਿਆ, ਇਸ ਉਹਦਾ ਬਚ ਜੂਗਾ ਰਾਜਾ ਵੜਿੰਗ, ਬਚਾ ਲੂਗਾ ਇਹਨੂੰ ਰਾਜਾ ਵੜਿੰਗ, ਜਿੰਨਾ ਮਰਜ਼ੀ ਜ਼ੋਰ ਲਾ ਲਵੇ ਬਚਾ ਕੇ ਦਿਖਾ ਦੇਵੇ। ਕੋਰਟਾਂ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ, ਕੋਰਟਾਂ ਦੇ ਵਿੱਚ ਵੀ ਡੇਟ ਪੈਸੇ ਲੈ ਕੇ ਡੇਟਾਂ ਅੱਗੇ ਟਪਾਈਆਂ ਜਾ ਰਹੀਆਂ, ਉਹ ਵੀ ਅਸੀਂ ਜਾ ਕੇ ਸੀਨੀਅਰ ਜੱਜ ਨੂੰ ਜਾ ਕੇ ਪੁੱਛਾਂਗੇ ਕਿ ਕਿਹੜੇ ਬਿਹਾਫ 'ਤੇ ਉਹ ਚੱਕ ਚੱਕ ਇਹਦੀਆਂ ਡੇਟਾਂ ਜੰਪ ਕਰਾਈ ਜਾਂਦੇ ਨੇ। ਬਿਲਕੁਲ ਸਰ, ਸਾਰੀਆਂ ਪਾਰਟੀਆਂ 'ਚ ਇਹਨਾਂ ਨੇ ਜਾ ਕੇ ਦੇਖ ਲਿਆ, ਕਿਸੇ ਪਾਰਟੀ ਨੇ ਇਹਨਾਂ ਨੂੰ ਲਿਆ ਨਹੀਂ, ਆਖਿਰ ਦੇ ਵਿੱਚ ਕਾਂਗਰਸ ਦੇ ਵਿੱਚ ਇਹ ਚਲੇ ਗਏ ਨੇ। ਕਾਂਗਰਸ ਦੇ ਜਦੋਂ ਕਿਤੋਂ ਵੀ ਕੁਛ ਵੀ ਨਹੀਂ ਹੋਇਆ, ਤੁਸੀਂ ਖੁਦ ਦੇਖੋ, ਜਿਹੜਾ ਬੰਦਾ ਕਹਿੰਦਾ ਸੀ ਮੇਰੀ ਪਾਰਟੀ ਵਰਗੀ ਪਾਰਟੀ ਨਹੀਂ, ਮੇਰੇ ਵਰਗਾ ਕੋਈ ਬੰਦਾ ਨਹੀਂ, ਫਿਰ ਉਹ ਬੰਦਾ ਆਜ਼ਾਦ ਕਿਉਂ ਨਹੀਂ ਲੜਿਆ, ਜਾ ਕੇ ਦੂਜੇ ਦੀ ਪਾਰਟੀ ਦੂਜਿਆਂ ਦੀ ਹਿਮਾਇਤ ਕਰਦਾ, ਸਮਰਥਨ ਕਰ ਰਿਹਾ, ਉਹ ਬੰਦਾ ਐਕਿਊਜ਼ਡ ਹੈ, ਪਤਾ ਉਹਨੂੰ ਕਿ ਕੋਰਟਾਂ ਦੇ ਵਿੱਚ ਅਕਿਊਜ਼ ਪ੍ਰੂਵ ਹੋ ਚੁੱਕਿਆ ਆ, ਅਤੇ ਟ੍ਰਾਇਲ ਫੇਸ ਹੋਣਾ ਆ, ਸਜ਼ਾ ਵੀ ਹੋਣੀ ਹੈ ਇਸ ਬੰਦੇ ਨੂੰ। ਕੀ ਲੱਗਦਾ ਤੁਹਾਨੂੰ, 10 ਦਿਨ ਲਗਾਤਾਰ ਜਿਹੜੀ ਕੰਪੇਨਿੰਗ ਚੱਲੀਆਂ ਨੇ, ਚੋਣ ਪ੍ਰਚਾਰ ਚੱਲਣਾ ਵਾ, ਹਰ ਜਗ੍ਹਾ ਤੇ ਤੁਸੀਂ ਜਾਓਗੇ? ਬਿਲਕੁਲ ਸਰ, ਅਮਰਤਾ ਵੜਿੰਗ ਨੂੰ ਮੈਂ ਪੁੱਛੂੰਗੀ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੀ ਹੈ, ਇਹਨੇ ਅਪਡੇਸ਼ਨ ਲਈ ਆ ਕੋਰਟਾਂ ਦੇ ਵਿੱਚੋਂ, ਕੀ ਕੋਰਟਾਂ 'ਚ ਚੱਲਦਾ ਪਿਆ, ਪੈਸੇ ਦੇ ਕੇ ਡੇਟ ਅੱਗੇ ਟਪਾ ਰਿਹਾ ਇਹ। ਕੀ ਲੱਗਦਾ ਕਿ ਸੋਨੀਆ ਗਾਂਧੀ ਤੇ ਪ੍ਰਿਯੰਕਾ
ਜਿਹੜਾ ਵਾਰਡ ਆ ਤਾਂ ਨਾਰੀ ਸ਼ਕਤੀ ਦੀ ਗੱਲ ਕਰਦੇ ਨੇ ਅਤੇ ਉਹਨਾਂ ਦੇ ਬ੍ਰਦਰ ਨੇ ਜੀ ਅਤੇ ਉਹਨਾਂ ਦੇ ਬੇਟੇ ਨੇ ਇਹਨਾਂ ਨੂੰ ਜੁਆਇਨਿੰਗ ਕਰਾਈ ਹੈ ਰਾਹੁਲ। ਹੁਣ ਤੁਸੀਂ ਪ੍ਰਿਯੰਕਾ ਗਾਂਧੀ ਨੂੰ ਪੁੱਛਣਾ ਚਾਹੀਦਾ ਰਿਪੋਰਟਰਸ ਨੂੰ ਕਿ ਕਿਹੜੀ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੀ ਆ ਇੱਥੇ, ਇੰਨਾ ਪੂਰੇ ਲੁਧਿਆਣੇ ਨੂੰ ਪਤਾ ਹੈ ਕਿ ਬੰਦਾ ਅਕਿਊਜ਼ਡ ਆ, ਸਾਰੀਆਂ ਪਾਰਟੀਆਂ ਨੂੰ ਪਤਾ ਹੈ ਅਕਿਊਜ਼ਡ ਆ, ਤਾਂ ਹੀ ਕਿਸੇ ਪਾਰਟੀ ਨੇ ਇਹਨੂੰ ਜੁਆਇਨਿੰਗ ਨਹੀਂ ਕਰਵਾਈ। ਰਾਜਾ ਵੜਿੰਗ ਨੂੰ ਪਤਾ ਸੀ ਕਿ ਮੈਨੂੰ ਇੱਥੇ ਕੋਈ ਉਹਨੂੰ ਉੱਥੇ ਆਪਣਾ ਬੇਸ ਹੀ ਨਹੀਂ ਦਿਸਦਾ ਪਿਆ ਸੀ, ਇਸ ਕਰਕੇ ਉਹਨੇ ਕੁਛ ਪੈਸੇ ਲੈ ਕੇ ਜਾਂ ਕਿੱਦਾਂ ਵੀ ਉਹਨੇ ਇਹਨੂੰ ਆਪਣੀ ਪਾਰਟੀ ਦੇ ਵਿੱਚ ਲੈ ਲਿਆ। ਪਰ ਜੇ ਇਹਨੂੰ ਇੱਕ ਵਾਰੀ ਪਤਾ ਤਾਂ ਕਰ ਲੈਂਦੇ ਨਾ ਉਹ ਕਿ ਇਹ ਬੰਦੇ ਦੇ ਕੀ ਚਾਰਜਿਸ ਨੇ, ਕੀ ਕੋਰਟਾਂ ਦੇ ਵਿੱਚ ਕੀ ਪ੍ਰੋਸੈਸ ਚੱਲਦਾ ਪਿਆ ਹੈ। ਕੋਰਟਾਂ ਦੇ ਵਿੱਚ ਇੱਕ ਘਿਨਾਉਣਾ ਚੱਲ ਰਿਹਾ, ਘਿਨਾਉਣਾ ਪ੍ਰੋਸੈਸ ਚੱਲ ਰਿਹਾ ਜਿਹੜੇ ਜਿਹਦੇ ਵਿੱਚ ਇਹ ਡੇਟਾਂ ਅੱਗੇ ਦੀ ਅੱਗੇ ਕਰਵਾ ਰਿਹਾ ਆ ਕੋਰਟਾਂ ਦੇ ਵਿੱਚ। ਅਸੀਂ ਜੱਜਾਂ ਨੂੰ ਵੀ ਪੁੱਛਾਂਗੇ ਜਾ ਕੇ ਕਿ ਇਹਨਾਂ ਦੀ ਡੇਟ ਕਿਉਂ ਟਪਾਈ ਜਾ ਰਹੀ ਆ। ਰਾਜਾ ਵੜਿੰਗ ਨੂੰ ਅਸੀਂ ਮਿਲਣੇ ਕੀ ਕਰਨਾ ਆ, ਮੈਂ ਸਿਰਫ ਉਹਦੇ ਪ੍ਰੋਟੈਸਟ ਕਰਨਾ ਆਈ ਹਾਂ, ਉਹਨੂੰ ਉਹਦੀ ਕਾਤ ਦਿਖਾਉਣ ਆਈ ਹਾਂ ਕਿ ਉਹ ਕੀ ਕੀਤਾ ਉਹਨੇ ਅਤੇ ਕੀ ਮਿਲਣਾ ਉਹਨੂੰ। ਲੁਧਿਆਣੇ ਤੋਂ ਕੁਛ ਨਹੀਂ ਮਿਲਣਾ, ਲੁਧਿਆਣੇ ਦੇ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਕਰਨੀ ਚਾਹੀਦੀ। ਪਹਿਲਾਂ ਤਾਂ ਬੈਂਸਾਂ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਆ, ਅਤੇ ਹੁਣ ਲੋਕ ਰਾਜਾ ਵੜਿੰਗ ਤੋਂ ਕੀ ਉਮੀਦ ਕਰਨਗੇ? ਜਿਹੜੇ ਦੋ ਭਰਾ ਇੱਥੇ ਰਹਿੰਦੇ ਹੋਏ ਆ ਵੀ ਲੁਧਿਆਣੇ ਦਾ ਕੋਈ ਭਲਾ ਨਹੀਂ ਕਰ ਸਕੇ, ਰਾਜਾ ਵੜਿੰਗ ਕੀ ਭਲਾ ਕਰ ਦੂਗਾ ਇੱਥੇ ਆ ਕੇ? ਮੈਂ ਕੋਈ ਰੈਸਟ ਕੀਤਾ ਸੀ, ਕੋਈ ਰੈਸਟ ਨਹੀਂ ਕੀਤਾ ਜੀ, ਕਹਿ ਰਹੇ ਵੀ ਰੈਸਟ ਕਰ, ਪਤਾ ਨਹੀਂ ਦੇਖਦੇ ਅਸੀਂ ਤਾਂ ਰੈਸਟ ਕੀਤਾ ਨਹੀਂ ਕਿਸੇ ਨੂੰ ਜੀ, ਕਿਸੇ ਨੂੰ ਕੋਈ ਰੈਸਟ ਨਹੀਂ ਕੀਤਾ ਜੀ। ਲੈ ਕੇ ਜਾ ਰਹੇ ਉਹਨਾਂ ਨੂੰ ਘਰੇ? ਨਹੀਂ ਜੀ, ਹਾਂਜੀ, ਉਹ ਤੇ ਮਤਲਬ ਇਹ ਹੈ ਕੋਈ ਲੜਾਈ ਝਗੜਾ ਨਾ ਹੋਵੇ, ਬਸ ਉਹਦੀ ਮਤਲਬ ਕਿਸੇ ਕੋਈ ਲੜਾਈ ਝਗੜਾ ਨਾ ਹੋਵੇ ਆਪਸ, ਬਸ ਨਥਿੰਗ, ਕੋਈ ਰੈਸਟ ਨਹੀਂ ਕੀਤਾ ਜੀ। ਸਰ ਚੋਣ ਜਾਤ ਤਾਂ ਲੱਗਿਆ, ਪ੍ਰੋਟੈਸਟ ਕਰ ਸਕਦੀ ਹੈ? ਮੈਂ ਦੇਖਾਂਗਾ ਜੀ ਕੀ ਮਤਲਬ ਕੋਈ ਰੰਗ 'ਚ ਭੰਗਣਾ ਪਵੇ ਜੀ, ਪ੍ਰੋਟੈਸਟ ਕਰਨ ਦਾ ਹਰ ਦਾ ਰਾਈਟ ਆ, ਰੰਗ 'ਚ ਭੰਗਣਾ ਪਵੇ ਕੋਈ? ਹਾਂਜੀ ਉਹ ਕੋਈ ਨਹੀਂ, ਮੇਰਾ ਹਲਕਾ ਨਹੀਂ ਹੈਗਾ ਜੀ ਇਹ, ਉਹ ਹਲਕਾ ਹੋਰ ਕਿਸੇ ਅਫਸਰ ਦਾ ਹੈ ਜੀ।